ਵਾਸ ਅ ਸਿਟੀ ਇਨੀਸ਼ੀਏਟਿਵ ਤੇ ਉਹਨਾਂ ਨੇ ਡਿਫਰੈਂਟ ਡਿਫਰੈਂਟ ਫਲੈਗਸ ਡਾਊਨਟਾਊਨ ਨੌਰਵਿਚ ਵਿੱਚ ਲਗਾਏ ਸੀ। ਅਸੀਂ ਪਰਮਿਸ਼ਨ ਲੈ ਕੇ ਅੱਜ ਅਸੀਂ ਆਪਣਾ ਪੰਜਾਬ ਦਾ ਜਿਹੜਾ ਝੰਡਾ ਹੈਗਾ ਉਹਨੂੰ ਲਹਿਰਾਉਣ ਚੱਲੇ ਹਾਂ। ਮੇਰੀ ਬੇਨਤੀ ਹੈ ਈਵਨ ਕਿ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਵੀ ਪੰਜਾਬ ਨੈਸ਼ਨਲਿਜ਼ਮ ਨੂੰ ਜ਼ਰੂਰ ਵਧਾਓ, ਤੁਹਾਡੇ ਕੋਲ ਆਪਣਾ ਇੱਕ ਸਟੇਟ ਦਾ ਫਲੈਗ ਹੋਣਾ ਚਾਹੀਦਾ। ਮੈਂ ਸਿਰਫ ਤਾਂ ਸਿਰਫ ਤੁਹਾਨੂੰ ਇਹ ਡਿਜ਼ਾਈਨ ਦਾ ਥੋੜ੍ਹਾ ਜਿਹਾ ਵੇਰਵਾ ਦੇਣਾ, ਫਿਰ ਅਸੀਂ ਫਲੈਗ ਹੋਸਟਿੰਗ ਕਰਨੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਖਾਂ ਦਾ ਮਿਸ਼ਨ ਹੈਗਾ ਦੇਗ ਦੇਗ ਫਤਿਹ, ਜੋ ਕਿ ਅਸੀਂ ਪੂਰੇ ਵਰਲਡ ਦੇ ਵਿੱਚ ਫੈਲਾਉਣਾ ਬਈ, ਜਿੱਥੇ ਕਿ ਕੋਈ ਵੀ ਬੰਦਾ ਭੁੱਖਾ ਨਾ ਮਰੇ, ਜਿੱਥੇ ਸਾਰਿਆਂ ਨੂੰ ਜਸਟਿਸ ਮਿਲੇ, ਅਤੇ ਫਤਿਹ ਫਿਰ ਆਪੇ ਹੀ ਗੁਰੂ ਸਾਹਿਬ ਸਾਡੀ ਝੋਲੀ 'ਚ ਪਾਉਣਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਗਰੀਕਲਚਰ ਸਾਡੀ ਮੇਨ ਆਕੂਪੇਸ਼ਨ ਹੈ ਪੰਜਾਬ ਦੀ, ਅਸੀਂ ਇਹਨੂੰ ਇਨਕਲੂਡ ਕਰਕੇ ਉਹ ਦਿਖਾਈਏ। ਫਿਰ ਸਪਿਰਿਚੁਐਲਿਟੀ ਲਈ ਸਾਡੇ ਜਿਹੜੇ ਤੇਗ ਹੈਗੀ ਹੈ, ਜਸਟਿਸ ਦਾ ਜਿਹੜਾ ਪ੍ਰਤੀਕ ਹੈ ਕਿਰਪਾਨ, ਉਹ ਵੀ ਵਿੱਚ ਇੰਬੈਡ ਕੀਤੀ ਹੈ। ਨਾਲ ਹੈ ਪੰਜ ਰਿਵਰਸ, ਪੰਜਾਬ ਲੈਂਡ ਆਫ ਫਾਈਵ ਰਿਵਰਸ, ਦੀਜ਼ ਲਾਈਨਸ ਰਿਪ੍ਰਜੈਂਟ ਦ ਰਿਵਰਸ ਆਫ ਪੰਜਾਬ, ਅਤੇ ਥੱਲੇ ਦੇਗ ਤੇਗ ਫਤਿਹ ਵਿੱਚ ਮੀਨਸ ਇਕਨੋਮਿਕ ਪ੍ਰੋਸਪੈਰਿਟੀ ਫੋਰ ਐਵਰੀ ਵਨ, ਰਿਲੀਜੀਅਸ ਫਰੀਡਮ ਫੋਰ ਐਵਰੀ ਵਨ, ਐਂਡ ਪੰਜਾਬ ਐਂਡ ਸਿੱਖ ਹੋਮਲੈਂਡ। ਸੋ ਇਹ ਜਿਹੜਾ ਅਸੀਂ ਇੱਕ ਪ੍ਰਪੋਜ਼ ਫਲੈਗ ਆਫ ਪੰਜਾਬ ਬਣਾਇਆ, ਮੈਂ ਬੇਨਤੀ ਕਰਾਂਗਾ ਸਾਰੇ ਸਿੱਖਾਂ ਨੂੰ ਅਤੇ ਹੋਰ ਜਿੰਨੇ ਵੀ ਸਾਡੇ ਇੱਥੇ ਅਫੀਸ਼ਲਸ ਪ੍ਰੈਜੈਂਟ ਨੇ, ਆਓ ਅਸੀਂ ਡਾਊਨਟਾਊਨ ਨੌਰਵਿਚ ਦੇ ਵਿੱਚ ਇਹ ਝੰਡੇ ਨੂੰ ਲਹਿਰਾਈਏ ਅਤੇ ਇੱਕ ਨਵੀਂ ਮਿਸਾਲ ਪੇਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ।